ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਹ ਬੰਦੇ ਹੁਣ ਪਹੁੰਚੇ ਆ ਤਾਂ ਵਲੌਗ ਇੰਨਾ ਲੇਟ ਸ਼ੁਰੂ ਹੋ ਰਿਹਾ। 5:30 ਵੱਜ ਚੁੱਕੇ ਨੇ ਤੇ ਅੱਜ ਆਪਾਂ ਤੁਹਾਡੇ ਲਈ ਸਵੇਰ ਦੇ 5:30 ਨਹੀਂ ਸ਼ਾਮ ਦੇ 5:30 ਇਹਨਾਂ ਲਈ ਟ੍ਰਿਕ ਆ ਇੱਕ। ਮੈਂ ਆਫਿਸ 'ਚ ਗਿਆ ਸੀਗਾ, ਇਹਦੇ ਵਿੱਚ $100 ਆ, ਜੇ ਤੁਸੀਂ ਕੱਢ ਕੇ ਲੈ ਜਾਓ ਤਾਂ ਲੈ ਜਾਓ, ਠੀਕ ਆ। ਮੈਂ ਤੁਹਾਡੇ ਮੂਹਰੇ ਖੋਲੂੰਗਾ ਡੱਬਾ, ਠੀਕ ਆ। ਠੀਕ ਆ, ਮੈਂ ਕੈਮਰਾ ਨੂੰ ਦਿਖਾ ਦਾਂ, ਠੀਕ ਆ। ਡੱਬਾ ਦੇਖ ਲਓ ਜੀ, ਐਵੇਂ ਦਾ, ਇਹ 'ਚ $100 ਆ, ਇਹਨਾਂ ਦੇ ਮੂਹਰੇ ਖੋਲਣਾ, ਠੀਕ ਆ। ਇਹਨਾਂ ਦਾ ਖੋਲਦੇ ਨੀ ਹੁੰਦੇ, ਠੀਕ ਆ। ਤੁਹਾਡੇ ਮੂਹਰੇ ਬੰਦ ਕੀਤਾ, ਠੀਕ ਆ। ਠੀਕ ਆ, ਕਿੱਧਰ ਲੈ ਗਿਆ? ਠੀਕ ਆ, ਹੋਰ ਡੱਬੀ ਆ, ਉਹੀ ਡੱਬੀ ਆ, ਖੋਲ ਕੇ ਦਿਖਾ। ਇਹ ਹਲੇ ਤੱਕ ਤਾਂ ਕਈਆਂ ਨੂੰ ਪੁੱਛ ਲਿਆ, ਖੁੱਲਿਆ ਨੀ ਹੈਗਾ। ਤੁਸੀਂ ਕਹਿੰਗੇ ਵੀਡੀਓ ਕੌਣ ਸ਼ੂਟ ਕਰੀ ਜਾਂਦਾ, ਵੈਸੇ ਕਹਿਣ ਦੀ ਲੋੜ ਨੀ ਸੀ, ਤੁਹਾਨੂੰ ਪਤਾ ਹੀ ਸੀ ਕੌਣ ਸ਼ੂਟ ਕਰ ਰਿਹਾ। ਹੁਣ ਤੁਸੀਂ ਤਿੰਨੇ ਕੁਐਸਚਨ ਕਰ ਲਓ, ਮੈਂ ਫੇਰ ਦਿਖਾਉਂਗਾ। ਹੁਣ ਤੂੰ ਦਿਖਾਇਆ ਕਰਨਾ, ਦਿਖਾਇਆ ਦਿਖਾਇਆ ਤੁਹਾਡੇ ਮੂਹਰੇ, ਮੈਜੀਸ਼ੀਅਨ ਸਾਰਾ ਕੁਝ ਤੁਸੀਂ ਦਿਖਾਓ। ਗੋਸ਼ਨ ਫੜਾਈ ਇੱਕ ਵਾਰੀ, ਇਹਨੇ ਕੁਛ ਇਹਨੇ ਡੱਬੀ ਡੱਬੀ ਤੋਂ ਜ਼ਿਆਦਾ ਆ, ਸਮਝੀ ਗਏ ਹੋਵੋਗੇ ਨਾ। ਨਹੀਂ ਨਹੀਂ ਗੋਸ਼ਨ ਜ਼ੋਰ, ਹਲੇ ਮਿਹਨਤ ਕਰਕੇ ਦੇਖ ਲੈਣ ਦੇ, ਪਹਿਲੀ ਲੱਗ ਗਿਆ ਗੈਰੀ ਨੂੰ। ਹੁਣ ਖੜਾ ਥੱਲੇ ਨਹੀਂ ਲੱਕਣਾ, ਹਲੇ ਗੋਸ਼ਨ ਫੜੀ ਇੱਕ ਵਾਰੀ ਹੋਰ ਦਿਖਾਉਣਾ, ਹੁਣ ਦੇਖੀ ਖੜ ਜਾ। ਏ ਮੈਂ ਇੱਕ ਮਿੰਟ ਇੱਕ ਮਿੰਟ ਖੜਾ ਖੜਾ, ਧੱਕਾ ਨਹੀਂ ਹੋਣਾ, ਆਦੇ ਤੁਹਾਡੇ ਮੂਹਰੇ ਦਿਖਾਉਂਗਾ, ਦੇਖੋ ਠੀਕ ਆ। ਆਪ ਹੀ ਭੁੱਲ ਜਾਂਦਾ, ਨਹੀਂ ਵੀਰੇ ਮੈਂ ਬਹੁਤ ਨਿਰੀਖਣ ਕਰਨਾ ਪੈਂਦਾ, ਇਹਦੇ ਸਲੋਟ ਦੇਖਣੇ ਪੈਂਦੇ ਆ, ਸੈਂਟਰ 'ਚ ਦੱਬਣਾ ਹੁੰਦਾ, ਆਲੇ ਦੁਆਲੇ ਆ ਜਿਹੜੀਆਂ ਡਿਊਟੀਆਂ ਹੀ ਆ ਨੇ, ਇਹਨਾਂ ਦਾ ਸਾਰਿਆਂ ਦਾ ਰਾਜ ਆ ਨਾ। ਠੀਕ ਆ, ਮੈਂ ਸਮਝ ਗਿਆ, ਠੀਕ ਆ। ਤੁਹਾਡੇ ਮੂਹਰੇ ਆ ਫਿਰ ਅਗੇਨ, ਠੀਕ ਆ। ਆਹ ਫਿਰ ਖੁੱਲ ਗਿਆ, ਕਿੰਨਾ ਆਸਾਨੀ ਨਾਲ ਖੁੱਲਿਆ, ਦੇਖੋ ਠੀਕ ਆ। ਠੀਕ ਆ, ਠੀਕ ਆ, ਅਤੇ ਹੁਣ ਪਹਿਲਾਂ ਗੈਰੀ ਨੂੰ ਦਿੰਦੇ, ਫਿਰ ਤੇਰੇ ਕੋਲ ਆਊਗਾ, ਠੀਕ ਆ। ਗੈਰੀ ਨੇ ਸਮਝ ਗਿਆ, ਗੈਰੀ ਤੇਰੇ ਮੂਹਰੇ ਖੁੱਲਿਆ, ਠੀਕ ਆ। ਇਹਨੂੰ ਵੀ ਦੇਖ ਲੈਣ ਦੇ ਯਾਰ, ਬੜਾ ਈਜ਼ੀ ਆ, ਬੜਾ ਈਜ਼ੀ ਆ, ਪਰ ਵੇਖੋ ਜੇ ਗੈਰੀ ਖੋਲ ਪਾਉਂਦਾ, ਹਲੇ ਤੱਕ ਜਿੰਨੇ ਨੂੰ ਪਾਇਆ ਖੋਲ ਨਹੀਂ ਪਾਏ ਹੈਗੇ। ਅਤੇ ਇੱਕ ਜੀ ਦੇਖਾਂ ਮੈਂ, ਨਹੀਂ ਪਹਿਲਾਂ ਟਰਾਈ ਕਰ ਲੈਣ ਦੇ, ਤਸੱਲੀ ਹੋ ਲੈਣ ਦੇ ਸਾਰੇ ਦੀ, ਉਹ ਦੇਖਦਾ ਵੀ ਆ ਕਿਵੇਂ ਲੱਗ ਰਿਹਾ ਕੁਛ, ਤੁਹਾਡੇ ਮੂਹਰੇ ਖੁੱਲ ਜਾਂਦਾ। ਇਹਨੂੰ ਦੇਖ ਗਿਆ ਮੈਕੀ ਨੂੰ, ਤਾਂ ਹੀ ਇਹਨੂੰ ਦਿਖਾਉਣਾ ਨਹੀਂ ਹੁੰਦਾ, ਮੈਕੀ ਨੂੰ ਦੇਖ ਗਿਆ ਲੱਗਦਾ, ਮੈਕੀ ਬਹੁਤ ਕੌਨਫੀਡੈਂਸ ਨਾਲ ਕਹਿ ਰਿਹਾ ਵੀ ਹੁਣ ਖੁੱਲ ਜਾਣਾ। ਦੋ ਖੂੰਜੇ ਦੱਬਣੇ ਹੁੰਦੇ ਆ, ਕੱਲੇ ਨਾਲ ਵੀ ਨਿਕਲਣਾ ਨੀ ਚਾਹੀਦਾ, ਹੁਣ ਢਿੱਲਾ ਹੋ ਗਿਆ, ਮੈਂ ਕੱਲ ਦੇ ਖੇਡੀ ਜਾਂਦੇ ਆ, ਸੀਕਰੇਟ ਇਹਦਾ ਵਾ, ਬਸ ਆਹ ਉਰੇ ਫੜਨਾ, ਮੇਰੇ ਮੂਹਰੀ ਆਫਿਸ 'ਚ ਮੁੰਡਾ ਐਂ ਖੋਲਦਿਆ ਕਰੇ, ਰੱਖ ਲਾ ਯਾਰ ਤੂੰ ਗੱਲ ਮੁੱਕੀ, ਜਿਹੜੇ ਕੰਮ ਸੀ ਜਿਹੜਾ ਕੰਮ ਸੀ ਉਹ, ਤੁਹਾਨੂੰ ਕੀ ਲੱਗਿਆ ਸੀਗਾ ਗੋਸ਼ ਰੱਖ ਲਈ ਯਾਰ ਫੀਸ ਭਰਦੀ, ਅੱਜ ਤੋਂ ਬਾਅਦ ਜੇ ਨਕਲੀ ਨੋਟ ਲੈ ਕੇ ਟ੍ਰਿਕਾ ਕਰ ਦੇਖਿਆ ਕਿਵੇਂ ਲੱਗਿਆ। ਟ੍ਰਿਕ ਵਾਸਤੇ ਦਾ ਟ੍ਰਿਕ ਆ ਹੀ ਹੁੰਦਾ ਆਹ ਦੋ ਚੀਜ਼ਾਂ ਤੋਂ, ਹੁਣ ਢਿੱਲਾ ਹੋ ਗਿਆ ਤਾਂ ਮੈਂ ਕਿਹਨੇ ਇੱਕ ਪਾਸੇ ਹੀ ਦੱਬ ਕੇ ਆਏ ਖੋਲਦਾ, ਅਤੇ ਅੱਜ ਆਪਾਂ ਕਿਤੇ ਚੱਲੇ ਹਾਂ, ਕਿੱਥੇ ਚੱਲੇ ਹਾਂ ਵੈਸੇ, ਉੱਥੇ ਅੱਜ ਜਹਾਜ਼ ਦਾ ਸੌਦਾ ਮਾਰਨ ਚੱਲੇ ਹਾਂ, ਹਾਂ ਪੱਕੀ ਗੱਲ ਜਿਵੇਂ ਪਤਾ ਹੀ ਕਹਿੰਦਾ ਬਕਵਾਸ ਮਾਰੀ ਜਾਣੀ, ਚਲੀ ਇਹ ਨੀ ਹਟਦੇ ਹੈਗੇ। ਜੈ ਸ੍ਰੀ ਹਨੂਮਾਨ ਜੀ। ਛੋਟਾ ਹੁੰਦਾ ਮੈਂ ਫੈਂਸੀ ਡਰੈਸ ਕੰਪੀਟੀਸ਼ਨ 'ਚ ਹਨੂੰਮਾਨ ਬਣਿਆ ਸੀ, ਉਦੋਂ ਤਾਂ ਬਦਲਿਆ ਹੀ ਨਹੀਂ। ਡੋਲੇ ਨਾਲ ਭੀਗ ਪਾ ਕੇ ਵੈਲੀ ਚੂਟ ਦੇ ਚੋਰਾਂ ਨਾਲ ਰਲ ਜੇ ਕੁੱਤੀ ਜੁੜਦਾ।
ਉਹਦੇ ਤੇ ਜਮਾ ਤੇਰਾ ਇਹਨਾਂ ਦਾ ਮੇਗਨ ਤੇਰਾ ਉੱਡਰਾ ਮੇਗਨ ਤੇ ਉੱਧਰ ਸੱਦੀ ਜਾਂਦੇ ਆ ਇਹ ਤਾਂ ਮੇਗਨਾ ਥਾ ਮੰਨਿਆ ਤੁਸੀਂ ਇਕੱਠੇ ਰਹਿੰਦੇ ਹੋ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਰੀ ਦੁਨੀਆ ਦਾ ਨਿਯਮ ਹੀ ਚੇਂਜ ਕਰਕੇ ਤੂੰ ਕੀ ਕਹਿੰਦਾ ਸੀਗਾ ਖੁਸ਼ੀ ਦੇ ਆਸੂ ਕੀ ਨਾ ਰੱਖੀ ਉਹਦਾ ਗੱਪਾ ਗੱਪਾ ਗੱਪ ਗੱਪਾ 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 ਗੱਪ ਸਿੰਘ ਓਹੋ ਓਹੋ ਕੀ ਅਨੇ ਦਿਨ ਖੜੇ ਨਹੀਂ ਕੋਸ਼ਾ ਕਿੰਨੇ ਦੇਰ ਹੋਰ ਬੇਸਮੈਂਟ ਚ ਰੱਖਣਾ ਦੋ ਘੰਟੇ ਕੋਸ਼ਾ ਬਾਈ ਮੰਨਿਆ ਤੂੰ ਰਿਸ਼ਤੇਦਾਰ ਆ ਯਾਰ ਬਾਅਦ ਚ ਹੁਣ ਆਪਦਾ ਕਲੱਬ ਇਹ ਤੋਂ ਬਾਅਦ ਅਸੀਂ ਕੁਛ ਨਹੀਂ ਕਰ ਸਕਦੇ $400 ਰੁਪਏ ਰੈਂਟ ਦਿੱਤਾ ਮੇਰੇ $400 ਸਟੂਡੈਂਟ ਲੈ ਕਰਦੇ ਹੋਈ ਤਾਂ ਉਹੀ ਗੱਲ ਕਰਦੀ ਲਾਈ ਹਿਸਾਬ ਵਿੱਚ ਕਿੰਨਾ ਇੱਥੇ ਮੈਂ ਤਾਂ ਵੈਸੇ ਕਮਜ਼ੋਰ ਹਾਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਸਿੰਘਾ ਬੋਲਦਾ ਵੀਰੇ ਸਿੰਘਾ ਬੋਲਦਾ ਵੀਰੇ ਹਾਂਜੀ ਸਿੰਘਾ ਜੀ ਅੱਜ ਨਹੀਂ ਅੱਜ ਤੁਹਾਡੀ ਸਵਿਫਟ ਹੈ ਨਹੀਂ ਜੇ ਆਉਂਦੀ ਤੁਹਾਨੂੰ ਕਾਲ ਕਰ ਦਿੰਦੇ ਠੀਕ ਆ ਮੈਂ ਆ ਕੀ ਕੰਜਰ ਖਾਨਾ ਲਾਇਆ ਮੇਰੇ ਹਾਲ ਤੱਕ ਤਾਂ ਖਾਨੇ ਹੀ ਕੰਜਰ ਤਾਂ ਹੁਣ ਆਇਆ ਹੈਲੋ ਤੂੰ ਫੇਰ ਫੋਨ ਲਾ ਲਿਆ ਇੱਕ ਸਿੰਘ ਨੇ ਤੰਗ ਕੀਤਾ ਹੋਇਆ Give me a second, losing my friends, learning my lessons. Tell me what's heaven, send me a dress, send me a text. Woke up today and I'm fucking depressed. Why am I feeling this? ਤੁਹਾਡੇ ਕਰਕੇ ਕਿੰਨੇ ਦਾ ਗੰਦ ਪੈਂਦਾ ਤਾਂ ਕਰਕੇ ਇਮੀਗ੍ਰੇਸ਼ਨ ਦੇ ਰੂਲ ਤਾਂ ਕਰਕੇ ਹਾਰਡ ਹੋਇਆ ਏਦਾਂ ਮੈਂ ਚਾਹੁੰਦਾ ਸੀ ਮੈਂ ਤੈਨੂੰ ਦਿਖਾਉਣਾ ਚਾਹੁੰਦਾ ਜਿਹੜੇ ਸਟੂਡੈਂਟ ਆਏ ਨੇ ਇੰਨੀ ਕੇਅਰ ਕਰਦੇ ਜੇ ਤੁਹਾਨੂੰ ਥੱਲੇ ਕੁਛ ਨਹੀਂ ਆਹ ਜਿਹੜੇ ਤੂੰ ਗੰਦੇ ਚ ਪਾਤਾ ਉਹ ਗਰੀਬ ਨੂੰ ਤਾਂ ਪੁੱਛ ਲਓ ਗਰੀਬਾਂ ਨੂੰ ਕੌਣ ਪੁੱਛਦਾ ਕੋਈ ਨਹੀਂ ਖਾਣਾ ਗਰੀਬ ਨੂੰ ਪੁੱਛ ਲਓ ਕਿੱਥੇ ਗਿਆ ਓਏ ਕੀ ਆਤੀ ਕੱਢ ਦੰਦ Thank you.
ਦੇਖ ਲਓ ਜੀ ਸਾਰਾ ਬ੍ਰਹਮਪਿੰਡ ਤੁਸੀਂ ਲੋਈ ਆਪਾਂ ਤੁਹਾਨੂੰ ਬ੍ਰਾਂਪਟਨ ਤੁਹਾਨੂੰ ਦਿਖਾਇਆ ਸੀਗਾ ਉੱਥੋਂ ਮਿਲਟਨ ਤੋਂ ਦਿਖਾਇਆ ਸੀ ਮਿਲਟਨ ਤੋਂ ਤੇ ਆਪਾਂ ਨੂੰ ਆ ਵੀਰੇ ਮਿਲੇ ਨੇ ਸਾਰੇ ਵੀਰੇ ਨਾਮ ਦੱਸ ਦਿਓ ਆਪਣਾ ਮੇਰਾ ਨਾਮ ਨਵਤੇਜ ਵੀਰੇ ਮੇਰਾ ਨਾਮ ਗੁਰਪ੍ਰੀਤ ਧੱਕੇ ਨਾਲ ਫੜ ਕੇ ਲਿਆਂਦੇ ਹੋ ਨਹੀਂ ਨਹੀਂ ਵੀਰ ਮਨੀ ਪੰਜਾਬ ਕਰਤਾਰ ਸਾਗਰਪ੍ਰੀਤ ਤੇ ਬਾਈ ਲੈਂਪਟਨ ਚ ਪੜਦਾ ਵੀਰੇ ਤੁਸੀਂ ਪੜਦੇ ਹੋ ਮੈਂ ਕੈਨਾਡੋਰ ਵੀਰੇ ਤੁਸੀਂ ਲੈਂਪਟਨ ਵੀਰੇ ਫਲੈਮਿੰਗ ਪੀਟਰਬੋ ਹਾਏ ਤੂੰ ਕਿੱਥੇ ਪੜਦਾ ਟਰੱਕ ਚ ਮੈਸੇਜ ਹੀ ਪੜਦਾ ਤਾਂ ਗੱਲ ਵੀਰੇ ਚਟਕਲੇ ਸੁਣਾ ਯਾਰ ਵੀ ਚਟਕਲਾ ਸੁਣਾ ਤੁਸੀਂ ਕਹਿੰਦੇ ਆ ਵੀ ਘਰ ਵਾਲੀਆਂ ਦੋ ਤਰ੍ਹਾਂ ਦੀ ਹੁੰਦੀਆਂ ਨੇ ਇੱਕ ਉਹ ਘਰ ਵਾਲੀ ਹੁੰਦੀ ਸਾਨੂੰ ਇੱਕ ਤਰ੍ਹਾਂ ਦੀ ਵੀ ਨਹੀਂ ਮਿਲਦੀ ਚਟਕਲਾਈ ਇੱਤੀ ਬਣ ਕੇ ਕੁਐਸਚਨ ਸੁਣਾ ਕੁਐਸਚਨ ਬਹੁਤ ਪੜਾ ਇਹ ਚੀਜ਼ਾਂ ਬਾਰੇ ਜਦੋਂ ਵੀ ਘਰ ਵਾਲੀਆਂ ਦੋ ਤਰ੍ਹਾਂ ਦੀ ਹੁੰਦੀਆਂ ਨੇ ਇੱਕ ਉਹ ਵੀ ਜਦੋਂ ਪਤੀ ਗੁੱਸੇ ਹੋਵੇ ਤੇ ਅੱਗੇ ਮੁਸਕਰਾਉਂਦੀਆਂ ਨੇ ਹਾਂਜੀ ਤੇ ਦੂਜੀ ਦੂਜੀ ਜਿਹੜੀ ਸਾਰਿਆਂ ਕੋਲ ਆਈ ਹੋਰ ਵੀਰੇ ਵਲੌਗ ਵਧੀਆ ਹੁੰਦੇ ਆ ਹਾਂਜੀ ਹਾਂਜੀ ਵੀਰ ਜੀ ਬਹੁਤ ਵਧੀਆ ਮੈਂ ਤੇ ਆ ਸਪੈਸ਼ਲ ਤਾਂ ਗਿਆ ਆਇਆ ਤੁਹਾਡੇ ਕੋਲ ਕਿ ਮੇਰਾ ਭਰਾ ਵਾ ਸੁਣਦਾ ਗਰਨੂਰ ਹੈ ਸਕ੍ਰਿਪਟ ਭੁੱਲ ਗਿਆ ਥੋੜਾ ਭੁੱਲ ਰਿਹਾ ਬਾਈ ਜਿਹੜਾ ਚੱਲ ਚੱਲ ਕੈਰੀ ਆਨ ਕੈਰੀ ਆਨ ਹੋਰ ਵੀਰੇ ਗਰਨੂਰ ਨੇ ਸਾਨੂੰ ਪੈਸੇ ਤਾਂ ਨਹੀਂ ਭੇਜੇ ਸਾਨੂੰ ਜ਼ਰੂਰ ਦੱਸੋ ਨਹੀਂ ਨਹੀਂ ਉਹ ਨਹੀਂ ਪਿਆਰ ਹੀ ਭੇਜਿਆ ਮਾਰੇ ਇਹ ਤੋਂ ਕੀ ਚੋਣਾ ਇਹ ਤੋਂ ਪੈਸੇ ਚੋਣਾ ਚਲੋ ਜੀ ਅੱਜ ਅਸੀਂ ਵੈਸੇ ਟ੍ਰਿਪ ਪਲੈਨ ਕੀਤਾ ਸੀਗਾ ਸਾਰਿਆਂ ਨੂੰ ਜਿਵੇਂ ਕਿਹਾ ਸੀਗਾ ਨਾਇਗਰਾ ਫਾਲ ਲੈ ਕੇ ਜਾਣ ਦਾ ਸਬਸਕ੍ਰਾਈਬਰਸ ਨੂੰ ਸਾਰੇ ਕੈਂਸਲ ਮਾਰ ਕੇ ਅਸੀਂ ਉੱਥੇ ਖੜੇ ਰਹੇ ਫਿਰ ਅਗਲੇ ਵਲੌਗ 'ਚ ਮਿਲਦੇ ਆ ਜੀ ਲਵ ਯੂ ਸਾਰਿਆਂ ਨੂੰ ਉਹ ਨੈਕਸਟ ਮੰਥ ਲੈ ਕੇ ਜਾ ਰਹੇ ਹਾਂ ਝੂਠਾ ਟੇਕ ਕੇਅਰ ਬਾਏ 10 ਤੋਂ 15 ਜਾਣੇ ਹੋਣਗੇ ਨਾ ਮਾਰੇ ਕਰ ਝੂਠਾ 10 ਤੋਂ 15 ਵਿੱਚ ਟਰਾਲੀ ਲੈਣੀ ਹੈ ਇਸ ਵਾਰੀ ਤਿੰਨ ਜਾਣੇ ਕੀਤੇ ਸੀ ਤੇ ਉਹਨਾਂ ਦੀ ਵੀ ਗੱਲ ਨਹੀਂ ਬਣੀ ਜਿੰਨੇ ਮਰਜ਼ੀ ਬੈਠੇ ਹੋ ਗੋਸ਼ੇ ਬਾਏ ਤਾਂ ਕਰਦੇ ਇਹ ਤਾਂ ਜਿਹੜਾ ਲੁੱਚਾ ਪਾਇਆ Thank you.